ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅਸੀਂ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਿਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਹਾਂ ਜੀ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਹੁਣ ਸਕੂਲਾਂ ਨੂੰ ਦੋ ਦਿਨਾਂ ਦੇ ਵਿੱਚ ਲੀਜ਼ ਤੇ ਲਈ ਜ਼ਮੀਨ ਦਾ ਹਿਸਾਬ ਦੇਣਾ ਪਵੇਗਾ ਤਾਂ ਦੋਸਤੋ ਪੰਜਾਬ ਸਕੂਲ ਸਿੱਖਿਆ ਵਿਭਾਗ ਸੂਬੇ ਦੇ ਉਨ੍ਹਾਂ ਸਕੂਲਾਂ ਤੇ ਸਾਖਤੋ ਗਿਆ ਜਿਨ੍ਹਾਂ ਨੇ ਬਾਹੀ ਯੋਗ ਜਮੀਨਾ ਲੀਜ ਤੇ ਦੇਣ ਦੇ ਬਾਵਜੂਦ ਹਜ ਤੱਕ ਆਪਣੇ ਆਮਦਨ ਖਾਤੇ ਵਿਭਾਗ ਨੂੰ ਨਹੀਂ ਭੇਜੇ ਵਿਭਾਗ ਦੇ ਵੱਲੋਂ ਅਜੇ ਸਕੂਲਾਂ ਨੂੰ 2 ਦਿਨਾਂ ਬੁੱਧਵਾਰ ਤੱਕ ਵਿੱਚ ਆਪਣਾ ਜਵਾਬ ਦੇਣ ਦੇ ਲਈ ਕਿਹਾ ਗਿਆ ਹੈ ਸਕੂਲਾਂ ਨੂੰ ਇਹ ਬੇਰੇਬ ਵਿਭਾਗ ਨੂੰ ਆਨਲਾਈਨ ਮੁਹੱਈਆ ਕਰਾਉਣੇ ਹੋਣਗੇ ਮਿੱਥੇ ਸਮਝ ਵਿੱਚ ਸਕੂਲਾਂ ਸੂਚਨਾ ਨਹੀਂ ਦੇਣਗੇ ਵਿਭਾਗ ਦੇ ਵੱਲੋਂ ਕਾਰਵਾਈ ਕੀਤੀ ਜਾਵੇਗੀ ਤਹਦੇ ਲਈ ਸਕੂਲਾਂ ਪ੍ਰਿੰਸੀਪਲਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ ਸੁਬਹ ਦੇ ਕਈ ਸਕੂਲਾਂ ਦੇ ਕੋਲ ਬਾਹੀ ਯੋਗ ਜਮੀਨਾਤ ਵਿਭਾਗ ਦੇ ਤਰਫ ਉਹਨਾਂ ਨੂੰ ਕੁਝ ਮਹੀਨੇ ਪਹਿਲਾਂ ਬੁਲੀ ਕਰਵਾ ਕੇ ਜ਼ਮੀਨਾ ਠੇਕੇ ਤੇ ਦੇਣ ਦੀ ਹਦਾਇਤ ਕੀਤੀ ਗਈ ਸੀ ਸਕੂਲਾਂ ਨੂੰ ਸਪਸ਼ਟ ਆਦੇਸ਼ ਦਿੱਤੇ ਗਏ ਸਨ ਕਿ ਉਹਨਾਂ ਨੇ ਵਿਭਾਗ ਨੂੰ ਸਾਰੀ ਜਾਣਕਾਰੀ ਮੁਹੱਈਆ ਕਰਾਉਣੀ ਹੈ ਪਰ ਜਦੋਂ ਵਿਭਾਗ ਨੇ ਇਹਦਾ ਰਿਕਾਰਡ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਕਈਆਂ ਨੇ ਇਹ ਜਾਣਕਾਰੀ ਨਹੀਂ ਦਿੱਤੀ ਹੈ ਅਗਲੀ ਖਬਰ ਹੈ ਪੰਜਾਬ ਸਰਕਾਰ ਨੇ ਪਟਵਾਰੀਆਂ ਦੇ ਕਾਰਜਕਾਲ ਸਬੰਧੀ ਨਵਾਂ ਨੋਟੀਫਿਕੇਸ਼ਨ ਕੀਤਾ جاری ਨਵੇਂ ਦੋਸਤ ਪੰਜਾਬ ਦੇ ਪਟਵਾਰੀ ਦੇਸਪਰ ਦੇ ਵਿੱਚ ਅਜਿਹੇ ਅਧਿਕਾਰੀ ਹੋਣਗੇ ਜੋ ਕਿ 65 ਸਾਲ ਦੀ ਉਮਰ ਤੋਂ ਬਾਅਦ ਵੀ ਸੇਵਾ ਨਿਭਾਰੇ ਹਨ ਹੁਣ ਤੱਕ ਅਜਿਹੀ ਕਿਸਮਤ ਸਿਰਫ ਸੁਪਰੀਮ ਕੋਰਟ ਦੇ ਜੱਜਾਂ ਦੀ ਹੀ ਸੀ ਜਿਨ੍ਹਾਂ ਦੀ ਸੇਵਾ ਮੌਕਦੇ ਦੀ ਉਮਰ 65 ਸਾਲ ਹੈ ਪੰਜਾਬ ਸਰਕਾਰ ਨੇ ਅੱਜ ਨਾਮਾ ਨੋਟੀਫਿਕੇਸ਼ਨ ਜਾਰੀ ਕਰਕੇ ਠੇਕੇ ਤੇ ਕਾਮਕਾਰੇ ਪਟਵਾਰੀਆਂ ਤੇ ਕਾਨੂੰਗੋਦਿਆਂ ਸੇਵਾਮੰਦ ਵਿੱਚ 31 ਜਨਵਰੀ 2024 ਤੱਕ ਦਾ ਵਾਅਦਾ ਕਰਨ ਲਈ ਕਿਹਾ ਹੈ ਏ ਉਹ ਪਟਵਾਰੀ ਅਤੇ ਕਾਨੂੰਗੋਹਾਨਾ ਜਿਨ੍ਹਾਂ ਨੂੰ ਸੇਵਾਮੁਕਤੀ ਤੋਂ ਬਾਅਦ ਵੀ ਬਾਰ-ਬਾਰ ਸੇਵਾ ਕਾਲ ਦੇ ਵਿੱਚ ਵਾਅਦਾ ਦਿੱਤਾ ਜਾ ਰਿਹਾ ਹੈ ਸੁਪਰ ਵਿੱਚ ਪਟਵਾਰੀਆਂ ਦੀਆਂ 4716 ਅਸਾਮੀਆਂ ਦੇ ਮੁਕਾਬਲੇ ਸਿਰਫ 1700 ਪਟਵਾਰੀ ਹੀ ਕੰਮ ਕਰ ਰਹੇ ਤੇ ਸਰਕਾਰ ਨੇ ਨਵੇਂ ਪਟਵਾਰੀਆਂ ਦੇ ਭਰਤੀ ਦੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ 710 ਪਟਵਾਰੀਆਂ ਨੂੰ ਸਕਲਾਈ ਦਿੱਤੀ ਜਾ ਰਹੀਆ ਪਿਛਲੇ ਸਾਲ ਸਰਕਾਰ ਨੇ ਵਿਭਾਗ ਦੇ ਵਿੱਚ ਪਟਵਾਰੀਆਂ ਦੇ ਘਾਟ ਨੂੰ ਦੂਰ ਆ ਕਰਨ ਦੇ ਲਈ ਸੇਵਾਮੁਕਤ ਪਟਵਾਰਾਂ ਨੂੰ ਠੇਕੇ ਤੇ ਨਿਯੁਗਤ ਕਰਨ ਦਾ ਫੈਸਲਾ ਕੀਤਾ ਸੀ। ਇਹਦੇ ਲਈ ਸਰਕਾਰ ਨੇ ਸੇਵਾਮੁਕਤ ਪਟਵਾਰਾਂਾਂ ਦੀ ਤਨਖਾਹ ਅਤੇ ਉਮਰ ਦੇ ਵਿੱਚ ਵਾਧਾ ਕੀਤਾ ਸੀ। ਤਨਖਾਹ 25000 ਰੁਪਏ ਤੋਂ ਵਧਾ ਕੇ 35000 ਰੁਪਏ ਪ੍ਰਤੀ ਮਹੀਨਾ ਕੀਤੀ ਗਈ ਅਤੇ ਉਮਰ 65 ਸਾਲ ਤੋਂ ਵਧਾ ਕੇ 67 ਸਾਲ ਕਰਨ ਦੀ ਤਜਵੀਜ਼ ਸੀ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹੁੰਦੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤ ਹ ਘੰਟਾਲ ਬਟਨ ਨੂੰ ਦਬਕ ਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਚੰਡੀਗੜ੍ਹ ਦੇ ਵਿੱਚ ਟੈਕਸੀ ਡਰਾਈਵਰ ਦਾ ਕਤਲ ਬੱਸ ਸਟੈਂਡ ਸੈਕਟਰ 43 ਤੋਂ ਸਵਾਰੀ ਲੈ ਕੇ ਆਇਆ ਸੀ ਮਰਤਕ ਤਾਂ ਦੋਸਤੋ ਚੰਡੀਗੜ੍ਹ ਦੇ ਵਿੱਚ ਇੱਕ ਟੈਕਸੀ ਡਰਾਈਵਰ ਦਾ ਕਤਲ ਕਰ ਦਿੱਤਾ ਗਿਆ ਤੇ ਉਹਦੀ ਲਾਸ਼ ਮੁਲਾ ਪਰਦੇ ਮੈਡੀ ਸਿਟੀ ਕੋਲਾ ਪਈ ਮਿਲੀ ਪੁਲਿਸ ਹਾਲੇ ਬਿਆਸ ਨੂੰ ਸਬਾਰੇ ਬਲੋ ਕੀਤਾ ਗਿਆ ਕਤਲ ਮੰਨ ਰਿਹਾ ਮੁਲਜ਼ਮ ਹਾਲੇ ਪੁਲਿਸ ਦੀ ਗਰਤੋਬਾਰ ਹੈ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੀਜੀਆ ਚੰਡੀਗੜ੍ਹ ਦੇ ਮਰਦਾ ਘਰ ਦੇ ਵਿੱਚ ਰਖਵਾਇਆ ਤੇ ਪੁਲਿਸ ਨੇ ਅਣਪਛਾਤੇ ਹਮਲਾਵਰ ਦੇ ਵਿਰੁੱਧ ਕੇਸ ਦਰਜ ਕਰ ਲਿਆ ਹੈ ਮ੍ਰਿਤਕ ਦੀ ਪਛਾਣ ਧਰਮਪਾਲ ਵਾਸੀ ਜੀਰਕਪੱਜ जीरकपुर ਵੱਜ ਹੋਇਆ ਤੇ ਮਿਰਤਕਾ ਡਰਾਈਵਰ ਪਿਛਲੇ 15 ਸਾਲਾਂ ਤੋਂ ਚੰਡੀਗੜ੍ਹ ਦੇ ਵਿੱਚ ਟੈਕਸੀ ਚਲਾ ਰਿਹਾ ਸੀ ਉਹ ਮੂਲ ਰੂਪ ਤੋਂ ਰਾਜਸਥਾਨ ਦੇ ਝੁੰਝਨੂ ਦਾ ਰਹਿਣ ਵਾਲਾ ਤੇ ਉਹ ਜ਼ੀਰਕਪੁਰ ਦੇ ਵਿੱਚ ਆਪਣੇ ਭੈਣ ਦੇ ਕੋਲ ਰਹਿੰਦਾ ਸੀ ਜੁਕੇ ਜਾਣਦੇ ਚਾਵਣ ਭਾਰਤਿਆਂ ਦੇ ਲਈ ਅਹਿਮ ਖਬਰ ਸਰਕਾਰ ਨੇ ਸਖਤ ਕੀਤੇ ਨਾਗਰਿਕਤਾ ਨਿਯਮਾਂ ਤਾਂ ਦੋਸਤੋ ਬ੍ਰਿਟੇਨ ਦੀ ਸਰਕਾਰ ਨੇ ਦੇਸ਼ ਭਰ ਦੇ ਵਿੱਚ ਗੰਭੀਰ ਅਪਰਾਧਾਂ ਨੂੰ ਰੋਕਣ ਦੇ ਲਈ ਸਖਤ ਕਦਮ ਚੁੱਕਿਆ ਹੈ ਇਹਦੇ ਤਹਿਤ ਬ੍ਰਿਟੇਨ ਦੀ ਗ੍ਰੈਸ ਕਤਰ ਸੋ ਇਹਲਾ ਬਰੇਬਰ ਮੈਨ ਨੇ ਕਿਹਾ ਇੱਕ ਗੰਭੀਰ ਅਪਰਾਧਾਂ ਨੂੰ ਦਿੱਤੇ ਜਾਣ ਵਾਲੇ ਬ੍ਰਿਟਿਸ਼ ਨਾਗਰਿਕਤਾ ਤੇ ਸੋਮਵਾਰ ਤੋਂ ਲਾਗੂ ਸਖਤ ਨਿਯਮਾਂ ਦੇ ਤਹਿਤ ਰੋਕ ਲਗਾ ਦਿੱਤੀ ਜਾਵੇਗੀ ਭਾਵੇਂ ਕਿ ਅਪਰਾਧ ਕਿਤੇ ਵੀ ਕੀਤਾ ਗਿਆ ਹੋਵੇ ਭਾਰਤੀ ਮੂਲ ਦੇ ਮੰਤਰੀ ਨੇ ਕਿਹਾ ਹੈ ਕਿ ਉਹ ਨਾਗਰਿਕਤਾ ਦੇ ਲਈ ਅਰਜ਼ੀਆਂ ਦੇਣ ਦੇ ਲਈ ਸਮਾਂ ਸੀਮਾ ਵਧਾ ਕੇ ਬ੍ਰਿਟੇਨ ਦੀ ਰਜਟਰੀ ਪ੍ਰਣਾਲੀ ਦੇ ਦਰਬਾਰ ਤੋਂ ਤਿੰਨ ਕੇ ਲਕਾਂਸ ਰਹੇ ਹਨ ਤੇ ਇਹਨਾਂ ਨਿਯਮਾਂ ਨੂੰ ਬ੍ਰਿਟੇਨ ਜਾਣ ਦੇ ਚਾਹਵਾਨ ਭਾਰਤੀਆਂ ਦੇ ਲਈ ਇੱਕ ਚੇਤਾਵਨੀ ਵਜੋਂ ਦੇਖਿਆ ਜਾ ਸਕਦਾ ਹੈ ਅਧਿਆਪਕਾ ਦੇ ਕਤਲ ਤੋਂ ਬਾਅਦ ਮੰਤਰੀ ਕੁਲਦੀਪ ਧਾਲੀਵਾਲ ਨੇ ਅੱਜ ਨਾਲਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ ਜਿਵੇਂ ਦੋਸਤੋ ਬੀਤੇ ਦਿਨਾਂ ਨੂੰ ਪਛਾਤੇ ਵਿਅਕਤੀ ਵੱਲੋਂ ਕਤਲ ਕਰ ਦਿੱਤੇ ਗਏ ਸੇਵਾਮੁਕਤ ਅਧਿਆਪਕਾ ਦੇ ਘਰ ਦੁੱਖ ਦਾ ਪ੍ਰਗਟਾਵਾ ਕਰਨ ਪੁੱਜੇ ਕੈਬਨਟ ਮੰਤਰੀ ਕੁਲਦੀਪ ਸੰਗਤ ਧਾਲੀਵਾਲ ਨੇ ਐਲਾਨ ਕੀਤਾ ਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਦੇ ਲਈ ਅਜਨਾਲਾ ਸ਼ਰਦਬਾਚਾ 150 ਕੈਮਰੇ ਲਗਾਏ ਜਾਣਗੇ ਇਸ ਮੌਕੇ ਹਾਜ਼ਰ ਜ਼ਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ ਨੂੰ ਹਦਾਇਤ ਕੀਤੀ ਗਿਆ ਕਿ ਉਹ ਸ਼ਹਿਰ ਦੀਆਂ ਅਜਿਹੀਆਂ 150 ਥਾਵਾਂ ਦੀ ਚੋਣ ਆਪਣੀ ਟੀਮ ਨੂੰ ਨਾਲ ਲੈ ਕੇ ਕਰਨ ਤੇ ਜਿੱਥੋਂ ਜਾਂ ਤੱਕ ਸਥਾਨਾਂ ਜਿਨ੍ਹਾਂ ਦੇ ਵਿੱਚ ਹੈ ਸੜਕਾਂ ਗਲੀਆਂ ਚੌਂਕ ਪਾਰਕ ਆਦ ਬਾਦ ਤੋਂ ਬਾਦ ਕਵਰ ਹੋ ਸਕਣ ਉਹਨਾਂ ਨੇ ਕਿਹਾ ਕਿ ਉਹ ਇਹਨਾਂ ਕੈਮਰਿਆਂ ਉੱਤੇ ਆਉਣ ਵਾਲਾ ਖਰਚਾ ਆਪਣੇ ਅਖਤਿਆਰੀ ਫੰਡ ਵਿੱਚੋਂ ਕਰਨਗੇ PSEB ਨੇ ਜਾਰੀ ਕੀਤਾ ਸਨੈਰੀ ਮੌਕਾ 10ਵੀਂ 12ਵੀਂ ਦੇ ਰੀ ਅਪੀਅਰ ਪ੍ਰੀਖਿਆ ਦਾ ਕੀਤਾ ਐਲਾਨ ਇਹ 7 ਤਰੀਕ ਨੂੰ ਹੋਵੇਗਾ ਪੇਪਰ ਤਾਂ ਦੋਸਤੋ ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ 12ਵੀਂ ਰੀ ਅਪੀਅਰ ਪ੍ਰੀਖਿਆ ਅਗਸਤ ਤੋਂ ਸਤੰਬਰ 2023 ਦੇ ਅਧੀਨ ਕੰਪਾਰਟਮੈਂਟ ਰੀ ਅਪੀਅਰ ਸਮੇਤ ਓਪਨ ਸਕੂਲਾਂ ਤੇ ਬਾਧੂ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਹੈ ਜਿਹੜੇ ਉਮੀਦਵਾਰ ਵਕ-ਵਕ ਕਾਰਨਾਂ ਕਰਕੇ 10ਵੀਂ ਅਤੇ 12ਵੀਂ ਜਮਾਤ ਦੇ ਕੰਪਾਰਟਮੈਂਟ ਨਹੀਂ ਦੇ ਸਕੇ ਹਾਣਾ ਉਹਨਾਂ ਦੇ ਪ੍ਰੀਖਿਆ 11 ਅਗਸਤ ਤੋਂ 6 ਸਤੰਬਰ 2023 ਤੱਕ ਬੋਰਡ ਦੇ ਵੱਲੋਂ ਸਥਾਪਿਤ ਪ੍ਰੀਖਿਆ ਕੇਂਦਰਾਂ ਤੇ ਹੋਵੇਗੀ 10ਵੀਂ ਸ਼੍ਰੇਣੀ ਦੇ ਪ੍ਰੀਖਿਆ ਮਿਤੀ 11/8/2023 ਤੋਂ ਮਿਤੀ 4/9/2023 ਤੱਕ 12ਵੀਂ ਸ਼੍ਰੇਣੀ ਦੇ ਪ੍ਰੀਖਿਆ 11/8/2023 ਤੋਂ 6/9/2023 ਤੱਕ ਕਰਵਾਈਆਂ ਜਾਣਗੀਆਂ ਇਹ ਪ੍ਰੀਖਿਆਵਾਂ ਪ੍ਰੀਖਿਆ ਕੇਂਦਰ ਤੇ ਸਵੇਰ ਦੇ ਸੈਸ਼ਨ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸਵੇਰ 1 ਵਜੇ ਤੱਕ ਕਰਵਾਈ ਜਾਵੇਗੇ ਪ੍ਰੀਖਿਆ ਡੇਟ ਸੀਟ ਅਤੇ ਹੋਰ ਬਧੇਰੇ ਜਾਣਕਾਰੀ ਦੇ ਲਈ ਬੋਰਡ ਦੀ ਵੈਬਸਾਈਟ www.pseb.ac.in ਤੇ ਸੰਪਰਕ ਕੀਤਾ ਜਾ ਸਕਦਾ ਹੈ ਮਲੋਟ ਦੇ ਪਿੰਡ ਸਰਾਮਾ ਬੋਦਲਾਂ ਵਿਖੇ ਕਿਸਾਨ ਅਤੇ ਸ਼੍ਰੋਮਣੀਆਂ ਅਕਾਲੀ ਦਲ ਅੰਮ੍ਰਿਤਸਰ ਦੇ ਵੱਡੇ ਆਗੂ ਦੇ ਘਰ ਐਨਆਈਏ ਦੀ ਰੇਡ ਇਹਨਾਂ ਦੋਸਤੋ ਜ਼ਿਲ੍ਹਾ ਸ਼੍ਰੀ ਮੋਖਤਸਰ ਸਾਹਿਬ ਦੇ ਮਲੋਟ ਦੇ ਨਜ਼ਦੀਕਾ ਪਿੰਡ ਸਰਾਮਾ ਬੋਦਲਾ ਵਿਖੇ ਅੱਜ ਸਵੇਰ ਵੇਲੇ NIA RK ਮੀਨਾ ਦੇ ਅਗਵਾਈ ਹੇਠਾਂ ਤਿੰਨ ਮੈਂਬਰੀ ਟੀਮ ਦੇ ਰੇਡ ਸਤਨਾਮ ਸਿੰਘ ਦਾ ਪੁੱਤਰ ਹਰਬਾੰਸਪਾਲ ਸਿੰਘ ਦੇ ਘਰ ਪਈ ਹੈ ਟੀਮ ਦੇ ਵੱਲੋਂ ਜਾਂਚ ਕੀਤੀ ਕਿ ਕਰੀਬ 2.5 ਘੰਟੇ ਚੱਲੀ ਜਾਂਚ ਕਰਨ ਤੋਂ ਬਾਅਦ ਸਤਨਾਮ ਸਿੰਘ ਦਾ ਮੋਬਾਈਲ ਨਾਲ ਲੈ ਕੇ ਗਏ ਤੇ 7 ਅਗਸਤ ਨੂੰ ਦਿੱਲੀ ਪਹੁੰਚਣ ਦਾ ਨੋਟਸਾ ਦੇ ਕੇ ਚਲੇ ਗਏ ਸਰਾਫਾ ਬਾਜ਼ਾਰ ਵਿੱਚ ਸੋਨਾ ਚਾਂਦੀ ਮਹਿੰਗਾ ਸ਼ੇਅਰ ਬਾਜ਼ਾਰ ਵਿੱਚ ਤੇਜ਼ੀ। ਜਿਵੇਂ ਦੋਸਤੋ ਬੇਸ਼ਬੁਬ ਬਾਜ਼ਾਰ ਦੇ ਵਿੱਚ ਕੀਮਤੀ ਧਾਤਾਂ ਦੀਆਂ ਕੀਮਤਾਂ ਦੇ ਵਿੱਚ ਗਰਾਵੜ ਦੇ ਕਾਰਨ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿੱਚ ਸੋਨਾ 100 ਰੁਪਏ ਢੱਕ ਕੇ 60350 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਇਆ। HDFC ਸੈਕਿਉਰਿਟੀਜ਼ ਨੇ ਇਹ ਜਾਣਕਾਰੀ ਦਿੱਤੀ ਪਿਛਲੇ ਕਾਰੋਬਾਰੀ ਸੈਸ਼ਨ ਵਿੱਚ ਸੋਨਾ 60450 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਇਆ ਸੀ। ਜਾਂਦੇ ਦੀ ਕੀਮਤ ਵੇ 300 ਰੁਪਏ ਦੇ ਗ੍ਰਾਵਟ ਦੇ ਨਾਲ 76700 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਿਆ ਵਿਦੇਸ਼ੀ ਬਾਜ਼ਾਰਾਂ ਦੇ ਵਿੱਚ ਸੋਨਾ ਡੱਗ ਕੇ 1955 ਡਾਲਰ ਪ੍ਰਤੀ ਔਂਸ ਤੇ ਆ ਗਿਆ ਜਦਕਿ ਚਾਂਦੀ 24.25 ਡਾਲਰ ਪ੍ਰਤੀ ਔਂਸ ਤੇ ਆ ਗਈ ਹੈ ਅਗਲੀ ਵੱਡੀ ਖਬਰ ਪਾਕੇ ਕੀਤੇ ਅਧਿਆਪਕਾਂ ਨੂੰ ਹਾਜ਼ਰ ਕਰਵਾਉਣ ਸੰਬੰਧੀ ਹਦਾਇਤਾਂ ਜਾਰੀ ਨਿਹਾਂ ਦੋਸਤੋ ਪੰਜਾਬ ਸਰਕਾਰ ਦੇ ਵੱਲੋਂ ਪਿਛਲੇ ਡੇਢ ਦਹਾਕੇ ਤੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਆਮੂਲੀ ਤਨਖਾਹਾਂ ਤੇ ਸਿਵਾ ਸਿਵਾ ਮਾ ਨਵਾਉਂਦੇ ਆ ਰਹੇ 12710 ਕੱਚੇ ਤੋਂ ਪੱਕੇ ਕਿਤੇ ਅਧਿਆਪਕਾਂ ਨੂੰ ਪਤਰੀ ਸਕੂਲਾਂ ਦੇ ਵਿੱਚ ਆ ਹਜ਼ਾਰ ਕਰਵਾਉਣ ਦੇ ਲਈ ਡੀਪੀਆਈ ਪ੍ਰਾਇਮਰੀ ਸੰਗੀਤਾ ਸ਼ਰਮਾ ਦੇ ਵੱਲੋਂ ਸੂਧੀਆਂ ਅਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਗਸਤ ਦੇ ਪਹਿਲੇ ਦਿਨ ਮਿਲੀ ਵੱਡੀ ਖੁਸ਼ਖਬਰੀ ਰੁਪਏ ਸਸਤਾ ਹੋਇਆ ਐਲਪੀਜੀ ਗੈਸ ਸਿਲੰਡਰ ਦੇਖੋ ਨਵੇਂ ਰੇਟ ਲਿਸਟਾ ਤਾਂ ਦੋਸਤੋ ਸਰਕਾਰੀ ਤੇਲ ਕੰਪਨੀਆਂ ਨੇ 1 ਅਗਸਤ ਤੋਂ ਭਾਵ ਅੱਜ ਘਰੇਲੂ ਗੈਸ ਅਤੇ ਵਪਾਰਕ ਵਰਤੋਂ ਵਾਲੇ ਸਿਲੰਡਰਾਂ ਦੀਆਂ ਕੀਮਤਾਂ ਨੂੰ ਅਪਡੇਟ ਕੀਤਾ ਐ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਬਦਲਾਅ ਕੀਤਾ ਗਿਆ ਇਸ ਵਾਰ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 100 ਰੁਪਏ ਦੇ ਵੱਡੇ ਕਟੌਤੀ ਕੀਤੀ ਗਈ ਹੈ ਐਸਾ ਬਦਲਾਅ ਦੇ ਕਾਰਨ ਦੇ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ 1680 ਰੁਪਏ ਹੋ ਗਈ ਹੈ ਇਸ ਤੋਂ ਪਹਿਲਾਂ ਇਸ ਵਾਦੇ ਦੇ ਨਾਲ ਵਪਾਰਕ ਗੈਸ ਸਿਲੰਡਰ ਦੀ ਕੀਮਤ 4 ਜੁਲਾਈ ਨੂੰ 1780 ਰੁਪਏ ਤੱਕ ਪਹੁੰਚ ਗਈ ਸੀ ਕੈਸ ਸ਼ਰਦਬਾਚ ਐਲਪੀਜੀ ਵਪਾਰਕ ਸਿਲੰਡਰ ਦੀ ਕਿੰਨੀ ਹੈ ਕੀਮਤ ਕੋਲਕਾਤਾ ਦੇ ਬੈਚ ਐਲਪੀਜੀ 19 ਕਿਲੋ ਦੇ ਗੈਸ ਸਿਲੰਡਰ ਦੀ ਕੀਮਤ ਵਿੱਚ 93 ਰੁਪਏ ਦੀ ਕਮੀ ਆਈ ਹੈ ਤੇ ਹੁਣ ਇੱਥੇ ਕਮਰਸ਼ੀਅਲ ਸਿਲੰਡਰ 1802 ਰੁਪਏ 50 ਪੈਸੇ ਪ੍ਰਤੀ ਸਿਲੰਡਰ ਹੋ ਗਿਆ ਹੈ ਨਹੀਂ ਬਦਲੇ ਘਰੇਲੂ ਗੈਸ ਸਿਲੰਡਰ ਦੀ ਕੀਮਤਾਂ ਮਾਰਚ ਤੋਂ ਘਰੇਲੂ ਗੈਸ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਮਾਰਚ ਵਿੱਚ 14.2 ਕਿਲੋ ਗ੍ਰam ਵਾਲੇ ਘਰੇਲੂ ਰਸੋਈ ਗੈਸ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਦੇਖਦੇ ਰਾਜਤਾਨੀ ਵਿੱਚ ਘਰੇਲੂ ਗੈਸ ਦੀ ਕੀਮਤ 1103 ਰੁਪਏ ਪ੍ਰਤੀ ਸਿਲੰਡਰ ਹੈ ਜਦੋਂ ਕਿ ਮੁੰਬਈ ਦੇ ਵਿੱਚ ਐਲ ਪੀ ਜੀ 1102.50 ਰੁਪਏ ਕੋਲਕਾਤਾ ਦੇ ਵਿੱਚ 1129 ਰੁਪਏ ਚਨਈ ਦੇ ਵਿੱਚ 1118 ਰੁਪਏ 50 ਪੈਸੇ ਪ੍ਰਤੀ ਸਿਲੰਡਰ ਵੇਚਿਆ ਜਾ ਰਿਹਾ ਹੈ ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵਿੱਚ ਵੀ ਕੋਈ ਬਦਲਾਅ ਨਹੀਂ ਘਰੇਲੂ ਗੈਸ ਦੀ ਕੀਮਤ ਹੀ ਨਹੀਂ ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵਿੱਚ ਕੁਝ ਮਹੀਨਿਆਂ ਤੋਂ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਇਸ ਤੋਂ ਇਲਾਵਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੀ ਲੰਬੇ ਸਮੇਂ ਤੋਂ ਨਹੀਂ ਬਦਲ ਹਨ ਦੇ ਦੇ ਰਾਇਤਾ ਨੇ ਸਮੇਤ ਕਈ ਥਾਵਾਂ ਤੇ ਪੈਟਰੋਲ ਅਤੇ Dijal dengan keimtaan seterhana.